ਤੁਹਾਡੀ ਸਕਰੀਨ ਤੇ ਜੇ ਤਸਵੀਰਾਂ ਜਿਹੜੀਆਂ ਚੱਲ ਰਹੀਆਂ ਨੇ ਇਸ ਨੂੰ ਦੇਖ ਕੇ ਇੱਕ ਵਾਰ ਤਾਂ ਤੁਸੀਂ ਵੀ ਹੈਰਾਨ ਹੋ ਜਾਓਗੇ ਵੀ ਇਹ ਜਹਾਜ਼ ਪੁੱਲ ਹੇਠਾਂ ਕਿਵੇਂ ਫਸ ਗਿਆ, ਕਿੱਥੋਂ ਦੀ ਇਹ ਜਹਾਜ਼ ਆਇਆ ਤੇ ਇਹ ਫਸਿਆ ਕਿਵੇਂ ਆ। ਤਾਂ ਦੱਸ ਦਈਏ ਕਿ ਤਸਵੀਰਾਂ ਬੋਂਬੇ ਦੀਆਂ ਦੱਸੀਆਂ ਜਾ ਰਹੀਆਂ ਨੇ, ਕਿਉਂਕਿ ਜਹਾਜ਼ ਨੂੰ ਬੋਂਬੇ ਤੋਂ ਆਸਾਮ ਲੈ ਕੇ ਜਾਇਆ ਜਾ ਰਿਹਾ ਸੀ ਟਰੱਕ ਰਾਹੀਂ, ਜਿਸ ਦੌਰਾਨ ਇੱਕ ਪੁੱਲ ਹੇਠਾਂ ਇਹ ਜਹਾਜ਼ ਫਸ ਜਾਂਦਾ, ਜਿਸ ਤੋਂ ਬਾਅਦ ਦੇਖਦੇ ਮੌਕੇ 'ਤੇ ਭੀੜ ਇਕੱਠੀ ਹੋ ਜਾਂਦੀ ਹੈ ਅਤੇ ਸਾਰੇ ਰਸਤੇ ਜਾਮ ਹੋ ਜਾਂਦੇ ਨੇ, ਕਿਉਂਕਿ ਜਹਾਜ਼ ਐਡਾ ਵੱਡਾ ਹੁੰਦਾ ਕਿ ਇਸ ਨੂੰ ਪੁੱਲ ਹੇਠੋਂ ਲੰਘਾਉਣਾ ਇੰਨਾ ਔਖਾ ਹੋ ਜਾਂਦਾ ਹੈ ਕਿ ਮੌਕੇ 'ਤੇ ਪੁਲਿਸ ਵੀ ਪਹੁੰਚ ਜਾਂਦੀ ਹੈ ਅਤੇ ਦਮਕਲ ਵਿਭਾਗ ਵੀ ਪਹੁੰਚ ਜਾਂਦਾ ਹੈ ਅਤੇ ਹਫੜਾ ਤਫੜੀ ਮੱਚ ਜਾਂਦੀ ਹੈ। ਇਸੇ ਦੌਰਾਨ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਜਾਂਦੀ ਹੈ ਅਤੇ ਜੰਮ ਕੇ ਲੋਕਾਂ ਵੱਲੋਂ ਵੀ ਇਸ ਨੂੰ ਵਾਇਰਲ ਕੀਤਾ ਜਾ ਰਿਹਾ। ਤਾਂ ਤੁਹਾਨੂੰ ਲਗਾਤਾਰ ਇਹ ਤਸਵੀਰਾਂ ਵੀ ਦਿਖਾ ਰਿਹਾ ਜਿਸ 'ਤੇ ਤੁਸੀਂ ਵੀ ਦੇਖ ਸਕਦੇ ਹੋ ਵੀ ਕਿ ਜੇ ਜਹਾਜ਼ ਨੂੰ ਲੰਘਾਉਣ ਦੀ ਪੁੱਲ ਹੇਠਾਂ ਲੰਘਾਉਣ ਦੀ ਕੋਸ਼ਿਸ਼ ਤਾਂ ਕੀਤੀ ਜਾ ਰਹੀ ਹੈ, ਪਰ ਇਸੇ ਦੌਰਾਨ ਇਹ ਜਹਾਜ਼ ਪੁੱਲ ਹੇਠਾਂ ਫਸ ਜਾਂਦਾ ਹੈ। ਆਸਾਮ ਲੈ ਕੇ ਜਾਇਆ ਜਾ ਰਿਹਾ ਸੀ ਇਸ ਜਹਾਜ਼ ਨੂੰ ਅਤੇ ਉੱਥੇ ਜਾ ਕੇ ਇਸ ਨੂੰ ਅਸੈਂਬਲ ਕਰਨਾ ਸੀਗਾ, ਜਹਾਜ਼ ਦੀ ਬੋਡੀਆਂ ਤੋੜ ਕੇ ਟਰੱਕ ਰਾਹੀਂ ਬੋਂਬੇ ਤੋਂ ਆਸਾਮ ਲੈ ਕੇ ਜਾਈਆ ਜਾ ਰਹੀਆਂ ਸੀ, ਜਿਸੇ ਦੌਰਾਨ ਇੱਕ ਪੁੱਲ ਹੇਠਾਂ ਇਹ ਜਹਾਜ਼ ਦੀ ਇੱਕ ਬੋਡੀ ਫਸ ਜਾਂਦੀ ਹੈ ਅਤੇ ਦੱਸਿਆ ਜਾ ਰਿਹਾ ਕਿ ਕੁਝ ਸਮੇਂ ਬਾਅਦ ਟਰੱਕ ਦੇ ਟਾਇਰ ਦੀ ਹਵਾ ਕੱਢ ਕੇ ਇਸ ਜਹਾਜ਼ ਨੂੰ ਪੁੱਲ ਹੇਠਾਂ ਲਗਾਇਆ ਜਾਂਦਾ। ਤਾਂ ਇੱਕ ਵਾਰ ਤੁਹਾਨੂੰ ਪਹਿਲਾਂ ਤਸਵੀਰਾਂ ਦਾ ਰੁੱਖ ਕਰਵਾ ਦਿੰਦੇ ਹਾਂ।